प्यारे बच्चों पिछले लेक्चर ਦੇ ਵਿੱਚ ਅਸੀਂ ਪੜਿਆ ਸੀਗਾ ਕਿ ਬਹੁਪਦਾਂ ਕੀ ਹੁੰਦੀਆਂ ਹਨ ਬਹੁਪਦਾਂ ਉਹ ਵਿਸ਼ੇਸ਼ ਬੀਜਗਣਿਤਕ ਵਿਅੰਜਕ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਚੱਲਦੀ ਜਿਹੜੀ ਘਾਤ ਹੈ ਉਹ ਪੂਰਨ ਸੰਖਿਆ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਬਹੁਪਦ ਦੀਆਂ ਕਿਸਮਾਂ ਬਾਰੇ ਪੜਿਆ ਕਿ ਬਹੁਪਦ ਦੀਆਂ ਕਿਸਮਾਂ ਜਿਹੜੀਆਂ ਹਨ ਪਦਾਂ ਦੇ ਆਧਾਰ ਤੇ ਜਿਵੇਂ ਇਕपदी ਦੋपदी ਤਿੰਨपदी ਸੋ ਆਨ ਐਸੇ ਤਰ੍ਹਾਂ ਬਹੁਪਦ ਦੀਆਂ ਕਿਸਮਾਂ ਘਾਤਾਂ ਦੇ ਆਧਾਰ ਤੇ ਜਿਵੇਂ ਇੱਕ ਘਾਤੀ ਬਹੁਪਦ ਦੋ ਘਾਤੀ ਬਹੁਪਦ ਤਿੰਨ ਘਾਤੀ ਬਹੁਪਦ ਚਾਰ ਘਾਤੀ ਬਹੁਪਦ ਅਤੇ ਸੋਅ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੁਣ ਉਸ ਤੋਂ ਬਾਅਦ ਅਸੀਂ ਰਿਮੈਂਡਰ ਥਿਊਰਮ ਬਾਕੀ ਥਿਊਰਮ ਬਾਰੇ ਪੜਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਹੁਣ ਅਸੀਂ ਉਸ ਤੋਂ ਅੱਗੇ ਚੱਲਾਂਗੇ ਇੱਕ ਮੈਂ ਤੁਹਾਨੂੰ ਜਿਹੜਾ ਹੈ ਹੋਮਵਰਕ ਦਿੱਤਾ ਸੀ ਕਰਨ ਨੂੰ ਕਿ ਤੁਸੀਂ ਸਭ ਨੇ ਜਿਹੜੇ ਹੈ ਫਾਰਮੂਲੇ ਜਿਹੜੇ ਆਪਾਂ 8ਵੀਂ ਤੱਕ ਪੜ੍ਹੇ ਹੈ ਉਹ ਸਾਰੇ ਜਿਹੜੇ ਆ ਯਾਦ ਕਰਕੇ ਆਉਣੇ ਆ ਦੇਖਦੇ ਆਪਾਂ ਤੁਹਾਨੂੰ ਕਿੰਨੇ ਕ ਯਾਦ ਹੈ ਹੁਣ ਆਪਾਂ ਅੱਗੇ ਚੱਲਦੇ ਆ ਬਾਕੀ ਥਿਊਰਮ ਕੀ ਹੈ ਇਨੂੰ ਇੱਕ ਵਾਰ ਅਸੇ ਰਿਵਾਈਜ਼ ਕਰੀਏ ਕਿ ਰਿਮੈਂਡਰ ਥੀਰਮ ਜਿਹੜੀ ਹੈ ਕਿ ਜੇ ਪੀ ਐਕਸ 1 ਤੋਂ ਵੱਧ ਜਾਂ 1 ਦੇ ਬਰਾਬਰ ਘਾਤ ਵਾਲਾ ਬਹੁਪਦ ਹੋਵੇ ਅਤੇ ਪੀ ਐਕਸ ਨੂੰ ਰੇਖੀ ਬਹੁਪਦ ਐਕਸ ਮਾਈਨਸ ਏ ਦੇ ਨਾਲ ਭਾਗ ਕੀਤਾ ਜਾਵੇ ਤਾਂ ਜਿਹੜਾ ਸਾਡੇ ਕੋਲ ਬਾਕੀ ਬਚਦਾ ਹੈ ਉਹ ਕੀ ਹੁੰਦਾ ਹੈ ਪੀ ਆਫ ਏ ਠੀਕ ਹੈ ਲੈਟ ਪੀ ਐਕਸ ਬੀ ਐਨੀ ਪੋਲੀਨੋਮੀਅਲ ਆਫ ਡਿਗਰੀ ਐਨ ਗ੍ਰੇਟਰ ਥਨ ਇਕੁਅਲ ਟੂ 1 ਐਂਡ ਲੈਟ ਏ ਬੀ ਐਨੀ ਰੀਅਲ ਨੰਬਰ then if px is divided by linear polynomial x a then remainder is p of a hun bacho tonu yaad hai ki je assi jadon division karde ha jidda hun apan 8 nu man lo je 2 de naal bhag kita 2 4 8 sade kol baki ki bachya 0 kuch bhi nahi baki bachya hun ehda matlab ki hai ki 2 jehda hai oh ki hai 8 da ki hai gunan khand ਇਦਨਾਂ ਜੀ ਅਸੀਂ 8 ਨੂੰ 4 ਨਾਲ ਵਿਭਾਗ ਕਰਕੇ ਦੇਖੀਏ ਤਾਂ ਸਾਡੇ ਕੋਲ ਕੀ ਬਚਦਾ ਹੈ 4 ਦੁਨੀ 8 ਠੀਕ ਹੈ ਬਾਕੀ ਕੀ ਆ ਗਿਆ 0 ਇਹਦਾ ਮਤਲਬ 4 ਜਿਹੜਾ ਹੈ ਉਹ ਵੀ 8 ਦਾ ਗੁਨਨਖੰਡ ਹੈ ਹੁਣ 8 ਦੇ ਗੁਨਨਖੰਡ ਸਾਡੇ ਕੋਲ ਕਿਹੜੇ-ਕਿਹੜੇ ਹੋਗੇ 1 2 4 ਤੇ 8 ਆਹ ਵੱਲੇ ਸਾਡੇ ਕੋਲ ਗੁਨਨਖੰਡ ਹੋਗੇ 1 2 4 ਤੇ 8 ਹੁਣ ਇਹਦਾ ਮਤਲਬ ਜਦੋਂ ਸਾਡੇ ਕੋਲ ਬਾਕੀ ਬਚਦਾ ਹੈ ਜਿਸ ਦੇ ਨਾਲ ਭਾਗ ਕਰਨ ਤੇ ਉਹ ਕੀ ਆ ਉਹਦਾ ਕੀ ਹੁੰਦਾ ਗੁਨਨਖੰਡ ਹੁੰਦਾ ਹੁਣ ਇਹਨੂੰ ਆਪਾਂ ਬਹੁਪਦੀਆਂ ਦੇ ਵਿੱਚ ਦੇਖਦੇ ਹਾਂ ਇਨੋ ਫੈਕਟਰ ਥੀਰਮ ਦਾ ਨਾਮ ਦਿੱਤਾ ਗਿਆ ਹੈ ਅਸੀਂ ਉਹਦੇ ਵਿੱਚ ਪੜਾਂਗੇ ਕਿ ਫੈਕਟਰ ਥੀਰਮ ਸਾਡੀ ਕੀ ਕਹਿੰਦੀ ਹੈ ਕਿ ਜੇ ਪੀ ਐਕਸ n 1 ਵਾਲਾ ਇੱਕ ਬਹੁਪਦ ਹੋਵੇ ਅਤੇ a ਕੋਈ વાસ્તਵਿਕ ਸੰਖਿਆ ਹੋਵੇ ਤਾਂ x a ਜਿਹੜਾ ਹੈ ਉਹ ਪੀ ਐਕਸ ਦਾ ਇੱਕ ਗੁਨਨਖੰਡ ਹੁੰਦਾ ਹੈ ਜੇ ਪੀ ਆਫ a ਕੀ ਹੈ 0 ਹੋਵੇ ਇਹਦਾ ਮਤਲਬ ਕੀ ਹੈ ਕਿ ਜਿਹੜਾ ਬਾਕੀ ਆ ਸਾਡੇ ਕੋਲ ਉਹ ਕੀ ਹੋਵੇ 0 ਹੋਵੇ ਤਾਂ x a ਕੀ ਹੋਊਗਾ px ਦਾ ਕੀ ਹੋਊਗਾ ਗੁਣਨਖੰਡ ਜਾਂ ਇਸ ਤੋਂ ਉਲਟ ਜੇ pa 0 ਹੈ ਮਤਲਬ ਜੇ ਬਾਕੀ ਸਾਡਾ 0 ਹੈ ਤਾਂ x a ਜਿਹੜਾ ਹੋਊਗਾ ਉਹ px ਦਾ ਕੀ ਹੋਊਗਾ ਇੱਕ ਗੁਣਨਖੰਡ ਇਹਨੂੰ ਇੰਗਲਿਸ਼ ਵਿੱਚ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ px ਇਸ ਅ ਪੋਲੀਨੋਮੀਅਲ ਆਫ ਡਿਗਰੀ n 1 ਐਂਡ a ਇਜ਼ ਐਨੀ ਰੀਅਲ ਨੰਬਰ then if x minus a is a factor of px and if p of a, 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 a x minus a is a factor of px if pa is equal to 0 matlab ki agar remainder sade kol zero aa gaya to ida matlab hai ki jide naal asi bhag kar rahe ha ki x minus a jada hai that is a factor of px ta hi sade kol p of a jada hai zero aaya ye baki theorem to apan padhya si ki baki ki hunda hai p of a agar kise bahu padnu jada x minus a de naal apan jada bhag karde ha aur is to ult ਅਗਰ ਸਾਡੇ ਕੋਲ P ਆਫ A ਜਿਹੜਾ 0 ਹੈ ਤਾਂ x a ਇਫ P ਆਫ A P ਆਫ A 0 ਇਫ x a ਇਜ਼ ਅ ਫੈਕਟਰ ਆਫ Px ਠੀਕ ਹੈ ਹੁਣ ਇਹਨਾਂ ਨੂੰ ਦੇਖਦੇ ਆਪਾਂ ਸਵਾਲਾਂ ਦੇ ਰੂਪ ਚ ਕਿ ਜਿਵੇਂ ਹੁਣ ਕਹਿੰਦਾ ਕਿ ਦੱਸੋ ਕੀ x, 4, x, cube, x, square, plus x plus 1 ਬਹੁਪਦ x 4 3x 3 3x 2 x 1 ਦਾ ਗੁਣਨਖੰਡ ਹੈ ਠੀਕ ਹੈ ਹੁਣ ਜੇ x 1 ਇਹਦਾ ਗੁਣਨਖੰਡ ਹੈ ਇਹਦਾ ਮਤਲਬ ਅਸੀਂ ਇਹਦਾ ਮੁੱਲ ਭਰਨ ਤੇ ਇਹ ਇਹਦਾ ਜਿਹੜਾ ਸਾਡੇ ਕੋਲ ਬਾਕੀ ਬਚੂਗਾ ਉਹ ਕੀ ਆਜੂਗਾ ਜ਼ੀਰੋ ਆਪਾਂ ਮੁੱਲ ਕਿੱਦਾਂ ਭਰਦੇ ਆ ਇਹਨੂੰ ਆਪਾਂ ਲੈ ਲੈਨੇ ਆ ਪੀ ਐਕਸ ਜਿਹੜਾ ਆ ਉਹ ਤੁਹਾਡੇ ਕੋਲ ਕੀ ਆ ਜਾਏਗਾ ਐਕਸ ਰੇਸ ਟੂ ਦੀ ਪਾਵਰ 4 3 ਐਕਸ 큐ਬ 3 ਐਕਸ ਸਕਰ ਐਕਸ 1 ਠੀਕ ਹੈ ਹੁਣ ਜੇ ਇਹ ਆਪਾਂ x+1 ਲਈ ਦੇਖਣਾ ਆਪਾਂ ਕੀ ਕਰਾਂਗੇ ਇਹਦਾ ਮੁੱਲ ਭਰਾਂਗੇ ਇਹਦੇ ਵਿੱਚ x+1 ਕਿਹਦੇ ਬਰਾਬਰ ਲੈ ਲੈਣਾ ਆਪਾਂ 0 ਦੇ ਇਹਦਾ ਮਤਲਬ ਕੀ ਹੈ ਕਿ x ਜਿਹੜਾ ਹੈ ਤੁਹਾਡੇ ਕੋਲ ਕਿਹਦੇ ਬਰਾਬਰ ਆ ਗਿਆ -1 ਦੇ ਹੁਣ ਜਦੋਂ ਮੈਂ p ਆਫ -1 ਕੱਢੂੰਗੀ ਤਾਂ ਮੇਰੇ ਕੋਲ ਕੀ ਆਜੂਗਾ -1 ਦੀ ਘਾਤ 4 3 -1 ਦੀ ਘਾਤ 3 3 -1 ਦੀ ਘਾਤ 2 -1 प्लस ਕੀ ਆ ਰਹਾ ਨਾ ਮੇਰੇ ਕੋਲ 1 ਠੀਕ ਹੈ ਹੁਣ ਦੇਖੋ -1 ਦੀ ਘਾਤ 4 ਕਿਹਦੇ ਬਰਾਬਰ ਹੁੰਦੀ 1 ਕਿਉਂਕਿ ਜਿਸ ਸੰਖਿਆ ਹੈ ਦੀ ਘਾਤ ਜਿਹੜੀ ਮਾਈਨਸ ਵਾਲੇ ਦੀ ਕੀ ਆਊਗੀ ਪਲੱਸ ਦੇ ਵਿੱਚ ਪਲੱਸ ਇੱਥੇ ਕੀ ਆ ਸਾਡੇ ਕੋਲ ਕੀ ਆਜੂਗਾ 3 ਗੁਣਾ ਇੱਥੇ -1 ਦੀ ਘਾਤ 3 ਕਿਹਦੇ ਬਰਾਬਰ ਹੁੰਦੀ ਹੈ -1 ਦੇ ਪਲੱਸ 3 ਦੀ ਘਾਤ -1 ਦਾ ਸਕੁਅਰ ਕਿਹਦੇ ਬਰਾਬਰ ਹੋਊਗਾ 1 ਦੇ ਇਹ ਕੀ ਪਲੱਸ ਇੰਟੂ ਮਾਈਨਸ ਕਿੰਨਾ ਆਜੂਗਾ ਤੁਹਾਡੇ ਕੋਲ -1 1 ਹੁਣ ਇਹ ਸਾਡੇ ਕੋਲ ਕਿਤੇ ਬਰਾਬਰ ਆ ਗਿਆ 1 3 3 1 1 ਹੁਣ ਆ ਜਮਾ ਦੇ 1 ਆ 1 ਕੈਨਸਲ ਹੋ ਜਾਣਗੇ ਆ 3 ਦੇ ਆ 3 ਦੇ ਇਹ ਵੀ ਕੈਨਸਲ ਹੋ ਜਾਣਗੇ ਮੇਰੇ ਕੋਲ ਕੀ ਬਚ ਗਿਆ 1 ਹੁਣ ਇਹਦਾ ਮਤਲਬ ਕੀ ਹੈ ਕਿ P ਆਫ -1 ਜਿਹੜਾ ਹੈ ਮੇਰੇ ਕੋਲ 0 ਦੇ ਬਰਾਬਰ ਨਹੀਂ ਆਇਆ ਇਹਦਾ ਮਤਲਬ ਕੀ ਹੈ ਕਿ x 1 ਜਿਹੜਾ ਹੈ ਉਹ ਗੁਨਨਖੰਡ ਨਹੀਂ ਹੈ x 1 ਜਿਹੜਾ ਹੈ ओ पी एक्स ਦਾ ਗੁਨਨਖੰਡ ਨਹੀਂ ਹੈ ਪੀ ਐਕਸ ਦਾ ਗੁਨਨਖੰਡ ਨਹੀਂ ਹੈ ਬੱਚੋ ਦੋ ਨੰਬਰ ਚ ਕੁਐਸਚਨ ਆਉਂਦਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਕਰਨਾ ਠੀਕ ਹੈ ਮਤਲਬ ਕਿ ਅਸੀਂ ਇਹਦਾ ਜਿਹੜਾ ਮੂਲ ਹੈ ਇਹ ਇਹਦਾ ਜਿਹੜਾ ਰੇਖੀ ਬਹੁਪਦ ਦਾ ਜਿਹੜਾ ਮੂਲ ਹੈ ਉਸ ਇਸ ਬਹੁਪਦ 'ਚ ਜਦੋਂ ਭਰਾਂਗੇ ਤਾਂ ਜੇ ਸਾਡੇ ਕੋਲ ਬਾਕੀ ਜ਼ੀਰੋ ਆ ਜਾਂਦਾ ਤਾਂ ਗੁਨਨਖੰਡ ਹੈ ਨਹੀਂ ਤਾਂ ਨਹੀਂ ਹੈ ਇੱਕ ਕੁਐਸਚਨ ਆਪਾਂ ਹੋਰ ਦੇਖਦੇ ਹਾਂ ਕਿ ਕੀ x 1 ਇਸ ਬਹੁਪਦ ਦਾ ਗੁਨਨਖੰਡ ਹੈ ਹੁਣ ਮੈਂ ਪਹਿਲੇ ਇਸ ਬਹੁਪਦ ਨੂੰ ਨਾਮ ਦੇ ਲੈਣੀ ਆ P ਆਫ X ਜਿਹੜਾ ਆ ਉਹ ਕਿਹਦੇ ਬਰਾਬਰ ਹੈ X 3 X 2 2 ਅੰਡਰ ਦੀ ਰੂਟ 2 X ਅੰਡਰ ਦੀ ਰੂਟ 2 ਹੁਣ ਆਪਾਂ ਕੀ ਕਰਾਂਗੇ ਇਹਦਾ ਮੁੱਲ ਭਰਾਂਗੇ ਇਹਦੇ ਵਿੱਚ ਇਹਦਾ ਮੁੱਲ ਕੀ ਆਏਗਾ ਸਾਡੇ ਕੋਲ -1 ਇਹਦਾ ਮਤਲਬ P ਆਫ X 1 ਨੂੰ ਜਿਹੜਾ ਤੁਸੀਂ 0 ਦੇ ਬਰਾਬਰ ਰੱਖ ਕੇ ਜਿਹੜਾ ਹੈ ਮੁੱਲ ਕੱਢ ਲੈਣੇ ਹੁੰਦੇ ਆਪਾਂ X ਕਿਹਦੇ ਬਰਾਬਰ ਆਇਆ ਨਾ -1 p ऑफ -1 ਜਦੋਂ ਮੈਂ ਕੈਲਕੂਲੇਟ ਕਰੂੰਗੀ ਤਾਂ ਮੇਰੇ ਕੋਲ ਕੀ ਆ ਜਾਣਾ -1 ਦਾ কিউ অফ -1 ਦਾ ਸਕਰ 2 ਅੰਡਰ தி √2 ਕੀ ਆ ਜਾਣਾ -1 ਇੱਥੇ ਕੀ ਆ ਜਾਏਗਾ ਅੰਡਰ தி √2 ਹੁਣ -1 ਦਾ কিউ ਕਿਤੇ ਬਰਾਬਰ ਆਣਾ ਤੁਹਾਡੇ ਕੋਲ -1 minus -1 ਦਾ ਸਕਰ ਜਿਹੜਾ ਹੈ ਉਹ 1 ਦੇ ਬਰਾਬਰ ਆਏਗਾ ਇੱਥੇ ਕੀ ਆ ਜਾਏਗਾ 1 ਦੇ ਬਰਾਬਰ ਪਰ ਬਾਹਰ ਮਾਈਨਸ ਪਈ ਹੈ ਇਹ ਵੀ ਕੀ ਹੋ ਜਾਣਾ ਮਾਈਨਸ 1 ਇੱਥੇ ਜਿਹੜਾ ਹੈ ਮਾਈਨਸ ਇੰਟੂ ਮਾਈਨਸ ਕੀ ਹੋ ਗਿਆ ਤੁਹਾਡੇ ਕੋਲ ਪਲੱਸ ਠੀਕ ਹੈ ਆ ਕੀ ਬਣ ਜਾਏਗਾ 2 ਪਲੱਸ ਅੰਡਰ ਦੀ ਰੂਟ 2 ਮਾਈਨਸ ਕੀ ਆ ਜਾਏਗਾ ਤੁਹਾਡੇ ਕੋਲ ਅੰਡਰ ਦੀ ਰੂਟ 2 ਇਹ ਕੀ ਹੋ ਗਿਆ ਹੁਣ ਮਾਈਨਸ 1 ਮਾਈਨਸ 1 ਕਿੰਨਾ ਹੋ ਗਿਆ ਮਾਈਨਸ 2 ਪਲੱਸ 2 ਠੀਕ ਹੈ ਪਲੱਸ ਅੰਡਰ ਦੀ ਰੂਟ 2 ਅੰਡਰ ਦੀ ਰੂਟ 2 ਹੁਣ ਇਹ ਕੀ ਆ ਆ ਪਲੱਸ ਦੇ ਆ ਮਾਈਨਸ ਦੇ ਆਪਸ ਚ ਕੱਟ ਗਿਆ ਆ ਪਲੱਸ ਦੇ ਆ ਮਾਈਨਸ ਦੇ ਆਪਸ ਚ ਕੱਟ ਗਿਆ ਕਿਹਦੇ ਬਰਾਬਰ ਆ ਗਿਆ ਜ਼ੀਰੋ ਦੇ ਇਹਦਾ ਮਤਲਬ ਕੀ ਹੈ ਕਿ x 1 ਜਿਹੜਾ ਹੈ ਕਿਉਂਕਿ ਰਿਮੇਂਡਰ ਮੇਰੇ ਕੋਲ ਜ਼ੀਰੋ ਆ ਗਿਆ ਇਹਦਾ ਮਤਲਬ ਕੀ ਹੈ x 1 ਜਿਹੜਾ ਹੈ ਉਹ ਕੀ ਹੈ px ਦਾ ਗੁਣਨਖੰਡ ਹੋਵੇਗਾ px ਦਾ ਗੁਣਨਖੰਡ ਹੈ ਸੋ ਕਿੰਨਾ ਸਿੰਪਲ ਹੈ ਤੁਹਾਨੂੰ ਲੰਬਾ ਚੋੜਾ ਨਹੀਂ ਕਰਨਾ ਪਿਆ ਪੀ ਐਕਸ ਦਾ ਗੁਣਨਖੰਡ ਹੈ ਸਿਰਫ ਆਪਾ ਉਹ ਵੈਲਿਊ ਪੁੱਟ ਕੇ ਬਿਨਾ ਡਿਵਾਈਡ ਕੀਤੇ ਹੀ ਦੱਸ ਦਿੱਤਾ ਕਿ ਇਹ ਕੀ ਹੈ ਇਹਦਾ ਗੁਣਨਖੰਡ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਬੱਚਿਓ ਤੁਸੀਂ 8ਵੀਂ ਤੱਕ ਕਰਕੇ ਆਏ ਹੋ ਗੁਣਨਖੰਡ ਬਣਾਣੇ ਸਿੱਖ ਕੇ ਆਏ ਤੁਸੀਂ ਅੱਜ ਸਾਡਾ ਮੇਨ ਟੌਪਿਕ ਇਹੀ ਆ ਬਹੁਪਤਾਂ ਦਾ ਗੁਣਨਖੰਢੀਕਰਨ ਠੀਕ ਹੈ ਉਹਦੇ ਵਿੱਚ ਕੀ ਸੀਗਾ 8ਵੀਂ ਤੱਕ ਤੁਹਾਡੇ ਕੋਲ ਇੱਥੇ ਜਿਹੜੀ ਹੈ ਗੁਨਾਕ ਹੁੰਦਾ ਸੀ ਤੁਹਾਨੂੰ ਮੈਂ ਦੱਸਿਆ ਸੀਗਾ ਗੁਨਾਕ ਕੀ ਹੁੰਦਾ ਜਿਹੜੀ ਅੱਗੇ ਚੱਲਦੇ ਅੱਗੇ ਜਿਹੜੀ ਐ ਗੁਣਾ ਹੋਈ ਹੋਈ ਜਿਹੜੀ ਕੀ ਹੁੰਦੀ ਐ ਸੰਖਿਆ ਹੁੰਦੀ ਐ 8ਵੀਂ ਤੱਕ ਆਪਾਂ ਜਿਹੜੇ ਜਦੋਂ ਮਧਪਦ ਨੂੰ ਵੰਡ ਕੇ ਗੁਨਨਖੰਡ ਬਣਾਉਂਦੇ ਸੀ ਤਾਂ ਸਾਡੇ ਕੋਲ ਇੱਥੇ ਗੁਨਾਕ ਹੁੰਦਾ ਸੀ 1 ਇੱਥੇ ਹੁਣ ਆ ਗਿਆ ਸਾਡੇ ਕੋਲ ਗੁਨਾਕ ਜਿਹੜਾ 6 ਹੁਣ ਅਸੀਂ ਇਦਾਂ ਦੇ ਦੋ ਨੰਬਰ ਲੱਭਨੇ ਆ ਇਹਦਾ ਗੁਨਨਖੰਡ ਬਣਾ ਲੀ ਜਿਨ੍ਹਾਂ ਨੂੰ ਜੋੜ ਕੇ ਕਿੰਨਾ ਆ ਜਾਵੇ ਤੁਹਾਡੇ ਕੋਲ ਜੋੜ ਆ ਜਾਵੇ ਜਿਨ੍ਹਾਂ ਦਾ ਆ ਜਾਵੇ 5 ਤੇ ਜਿਹੜਾ ਗੁਨਨਫਲ ਆ ਜਾਵੇ ਉਹ ਕੀ ਆ ਜਾਵੇ -6 6 ਕਿੰਨਾ ਆ ਜਵੇ ਗੁਣਨਫਲ ਕਿੰਨਾ ਆ ਜਵੇ ਤੁਹਾਡੇ ਕੋਲ -36 ਠੀਕ ਹੈ ਹੁਣ ਬੱਚਿਓ ਜਦੋਂ ਵੀ ਸਾਡੇ ਕੋਲ ਗੁਣਨਫਲ ਜਿਹੜਾ ਆ ਮਾਈਨਸ ਦੇ ਵਿੱਚ ਆਉਂਦਾ ਤੇ ਇਹਦਾ ਮਤਲਬ ਕੀ ਹੁੰਦਾ ਕਿ ਸਾਡੇ ਕੋਲ ਇੱਕ ਨੰਬਰ ਜਿਹੜਾ ਹੈ ਪਲੱਸ ਦਾ ਹੈ ਇੱਕ ਨੰਬਰ ਜਿਹੜਾ ਹੈ ਮਾਈਨਸ ਦਾ ਹੁਣ ਅਸੀਂ ਦੇਖੀਏ 36 ਕਿੱਦਾਂ-ਕਿੱਦਾਂ ਬਣ ਸਕਦਾ ਸਾਡੇ ਕੋਲ 36 ਦੀਆਂ ਕੀ ਪੋਸਿਬਿਲਿਟੀਆਂ ਹੈ 1 36 ਜਾਂ ਫਿਰ ਕੀ ਆ ਤੁਹਾਡੇ ਕੋਲ 2 18 ਠੀਕ ਹੈ ਇਹ ਆਫਰ ਕੀਤਾ ਤੁਹਾਡੇ ਕੋਲ 3 12 ਇਹਦੇ ਵਿੱਚ ਜਿਹਦੇ ਨਾਲ ਮਰਜੀ ਮਾਈਨਸ ਲਾ ਲਓ ਤੁਹਾਡਾ ਜਿਹੜਾ 5 ਨਹੀਂ ਬੰਦਾ ਇਹਦੇ ਵਿੱਚ ਵੀ ਜਿਹੜਾ 5 ਨਹੀਂ ਬਣ ਸਕਦਾ ਅਗਲਾ ਮੇਰੇ ਕੋਲ ਆ ਗਿਆ 4 9 ਹੁਣ ਜੇ ਮੈਂ 9 ਦੇ ਵਿੱਚੋਂ 4 ਘਟਾਵਾਂ ਤੇ ਮੇਰੇ ਕੋਲ ਕੀ ਆ ਜਾਏਗਾ 5 ਇਹਦਾ ਮਤਲਬ ਮੇਰੇ ਨੰਬਰ ਇਹ ਹੈ ਠੀਕ ਹੈ ਹੁਣ ਮੈਂ ਇਹ ਦੇਖਣਾ ਹੈ ਕਿ ਕਿਹੜਾ ਨੰਬਰ ਪਲੱਸ ਦਾ ਕਿਹੜਾ ਨੰਬਰ ਮਾਈਨਸ ਦਾ ਉਹ ਕਰਨ ਲਈ ਮੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੋ ਮੇਰੇ ਕੋਲ ਅੱਗੇ ਨਿਸ਼ਾਨ ਲੱਗਿਆ ਉਹ ਮੈਂ ਲਾ ਦੇਣਾ ਮੈਂ 5 ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ 9 4 ਜਿਹੜੇ ਆ 5 ਹੁੰਦੇ ਆ ਠੀਕ ਹੈ ਉਹ ਮੈਂ ਇੱਥੇ ਲਿਖ ਦੇਣਾ ਇੱਥੇ ਕੀ ਆਜੂਗਾ ਮੇਰੇ ਕੋਲ x ਇੱਥੇ ਕੀ ਆਜੂਗਾ ਮੇਰੇ ਕੋਲ -6 ਇਹ ਨਿਸ਼ਾਨ ਤੁਹਾਡੇ ਆਪਣੇ ਆਪ ਸਹੀ ਹੋ ਜਾਣਗੇ ਜੇ ਬਾਹਰ ਪਲੱਸ ਹੈ ਤਾਂ ਉਹੀ ਨਿਸ਼ਾਨ ਰਹਿ ਜਾਣਗੇ ਜੇ ਬਾਹਰ ਮਾਈਨਸ ਹੈ ਤਾਂ ਨਿਸ਼ਾਨ ਅੰਦਰਲੇ ਜਿਹੜੇ ਆ ਬਦਲ ਜਾਣਗੇ ਇਹ ਕਿਹਦੇ ਬਰਾਬਰ ਆ ਜਾਏਗਾ ਤੁਹਾਡੇ ਕੋਲ 6x2 9x 4x ਮਾਈਨਸ ਕੀ ਆ ਜਾਏਗਾ ਤੁਹਾਡੇ ਕੋਲ 6 ਠੀਕ ਹੈ ਹੁਣ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈ ਤੁਹਾਡੇ ਕੋਲ ਕੀ ਸਾਂਝਾ ਹੈ ਹੁਣ ਅਸੀਂ ਸਾਂਝਾ ਦੇਖਣਾ ਕਿਉਂਕਿ ਗੁਨਨਖੰਡ ਬਣਾਣੇ ਆ ਆ ਪਹਿਲੀਆਂ ਦੋ ਟਰਮਾਂ ਦੇ ਵਿੱਚ 6 ਤੇ 9 'ਚ ਮੇਰੇ ਕੋਲ ਕੀ ਸਾਂਝਾ ਹੈ ਬੱਚਿਓ ਤਿੰਨ ਕੀ ਸਾਂਝਾ ਆ ਤਿੰਨ x² ਤੇ x ਦੇ ਵਿੱਚ ਮੇਰੇ ਕੋਲ ਕੀ ਸਾਂਝਾ ਆ x ਠੀਕ ਹੈ ਹੁਣ ਦੇਖੋ ਅੰਦਰ ਮੇਰੇ ਕੋਲ ਕੀ ਬਚ ਗਿਆ 6 'ਚੋਂ ਮੈਂ ਤਿੰਨ ਪਹਿਲੇ ਬਾਹਰ ਕੱਢ ਲਿਆ 6 ਨੂੰ ਤਿੰਨ ਨਾਲ ਭਾਗ ਕੀਤਾ ਕਿੰਨਾ ਆ ਗਿਆ 2 ਅੰਦਰ ਮੇਰੇ ਕੋਲ ਕੀ ਰਹਿ ਗਿਆ 2 ਇੱਥੇ x² ਦੇ ਵਿੱਚੋਂ 1x ਮੇਰੇ ਕੋਲ ਬਾਹਰ ਨਿਕਲ ਚੁੱਕਾ ਇੱਥੇ ਕੀ ਆ ਗਿਆ x ਠੀਕ ਹੈ ਪਲੱਸ ਇੱਥੇ ਕੀ ਆਜੂਗਾ ਤੁਹਾਡੇ ਕੋਲ ਆ 9 ਦੇ ਵਿੱਚੋਂ ਤਿੰਨ ਬਾਹਰ ਨਿਕਲ ਚੁੱਕਾ ਇੱਥੇ ਕੀ ਆ ਜਾਏਗਾ ਤੁਹਾਡੇ ਕੋਲ 3 x ਆਲਰੇਡੀ ਬਾਹਰ ਹੈ ਕੀ ਬਣ ਜੂਗਾ 2x 3 ਹੁਣ ਇਹਨਾਂ ਦੋਨਾਂ ਦੇ ਵਿੱਚ ਮੇਰੇ ਕੋਲ ਕੀ ਸਾਂਝਾ ਇੱਕ ਤਾਂ ਮਾਈਨਸ ਸਾਂਝਾ ਹੈ ਜਾਂ ਦੋਨੋਂ ਹੀ ਮਾਈਨਸ ਨੇ ਆ ਮੈਂ ਮਾਈਨਸ ਜਿਹੜੀ ਹੈ ਬਾਹਰ ਕੱਢ ਲਈ 4 ਤੇ 6 ਦੇ ਵਿੱਚ ਮੇਰੇ ਕੋਲ ਕੀ ਸਾਂਝਾ ਆਇਆ 2 ਕੀ ਸਾਂਝਾ ਆਇਆ 2 ਅੰਦਰ ਮੇਰੇ ਕੋਲ ਕੀ ਰਹਿ ਗਿਆ 2x 2x ਇੱਥੇ ਮਾਈਨਸ ਬਾਹਰ ਆ ਚੁੱਕੀ ਹੈ ਅੰਦਰ ਕੀ ਬਣ ਜੂਗਾ ਪਲੱਸ ਇੱਥੇ ਕੀ ਆਜੂਗਾ ਮੇਰੇ ਕੋਲ 3 ਹੁਣ ਦੇਖੋ ਜਦੋਂ ਵੀ ਤੁਸੀਂ ਗੁਣਨਖੰਡ ਬਣਾਣੇ ਆ ਜਿਹੜੇ ਤੁਹਾਡੇ ਕੋਲ ਬ੍ਰੈਕਟ ਦੇ ਵਿੱਚ ਆਣਾ ਚਾਹੀਦਾ ਆ ਉਹ ਜਿਹੜਾ ਤੁਹਾਡੇ ਕੋਲ ਕੀ ਆ ਸੇਮ ਆਣਾ ਚਾਹੀਦਾ ਤਾਂ ਹੀ ਤੁਸੀਂ ਸਾਂਝਾ ਬਾਹਰ ਕੱਢ ਸਕੋਗੇ ਇਹਦਾ ਮਤਲਬ ਕੀ ਆ ਹੁਣ ਇਹਨਾਂ ਦੋਨਾਂ ਦੇ ਵਿੱਚ ਮੇਰੇ ਕੋਲ ਕੀ ਸਾਂਝਾ ਆ ਗਿਆ 2x 3 ਠੀਕ ਹੈ ਤੇ ਬਾਕੀ ਮੇਰੇ ਕੋਲ ਜੋ ਬਚ ਗਿਆ ਉਹਨੂੰ ਮੈਂ ਅਗਲੀ ਬ੍ਰੈਕਟ ਚ ਪਾ ਦੇਣਾ ਕੀ ਆਜੂਗਾ 3x 2 ਇਹ ਉਹੀ ਆ ਜਿਹੜੇ ਅਸੀਂ 8ਵੀਂ ਦੇ ਵਿੱਚ ਕਰਕੇ ਆਏ ਆ ਮੱਧ ਪਦ ਨੂੰ ਵੰਡਣਾ ਪਰ ਇਹਦੇ ਵਿੱਚ ਕੀ ਹੈ ਗੁਨਾਕ ਜਿਹੜਾ ਹੈ ਉੱਥੇ 1 ਹੁੰਦਾ ਸੀ ਇੱਥੇ ਸਾਡੇ ਕੋਲ ਕੋਈ ਨਾ ਕੋਈ ਹੋਰ ਸੰਖਿਆ ਹੋਏਗੀ ਅਸੀਂ ਇਹਨੂੰ ਤਾਂ ਇਹਨੂੰ ਜਿਹੜਾ ਹੈ ਆਪਸ ਦੇ ਵਿੱਚ ਗੁਣਾ ਕਰ ਲੈਣਾ ਆਪਾਂ ਉਹ ਦੋ ਸੰਖਿਆਵਾਂ ਲੱਭਣੀਆਂ ਆ ਜਿਨ੍ਹਾਂ ਨੂੰ ਜੋੜ ਕੇ 5 ਆ ਜਾਵੇ ਤੇ ਗੁਣਾ ਕਰਕੇ ਕੀ ਆ ਇਹਨਾਂ ਦੋਨਾਂ ਦਾ ਗੁਣਨਫਲ ਕੀ ਆ ਜਾਵੇ -36 ਉਹ ਨੰਬਰ ਆਪਾਂ ਲੱਭ ਲੈਣੇ ਆ ਗੁਨਨਖੰਡਾਂ ਦੀ ਵਿਧੀ ਨਾਲ ਲੱਭ ਲੈਣੇ ਆ ਆਪਾਂ ਗੁਨਨਖੰਡ ਕਰਕੇ ਤੇ ਉੱਥੋਂ ਜਿਹੜਾ ਹੈ ਸਾਡੇ ਕੋਲ ਇੱਕ ਨੰਬਰ ਜਿਹੜਾ ਹੈ ਆ ਜਾਏਗਾ 9 ਤੇ ਇੱਕ ਆ ਜਾਏਗਾ ਸਾਡੇ ਕੋਲ -4 ਫਿਰ ਆ ਚੀਜ਼ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਇਹਦਾ ਤੇ ਇਹਦਾ ਨਿਸ਼ਾਨ ਬਿਲਕੁਲ ੱਕੇ ਨਾਲ ਨਹੀਂ ਬਰਾਬਰ ਕਰਨਾ ਆਪਣੇ ਆਪ ਤੁਹਾਡਾ ਜਿਹੜਾ ਹੈ ਬਰਾਬਰ ਆਣਾ ਚਾਹੀਦਾ ਹੈ ਤਾਂ ਅਸੀਂ ਅੱਗੇ ਫਿਰ ਫਰਦਰ ਜਿਹੜਾ ਹੈ ਇਹਨੂੰ ਸਾਂਝਾ ਬਾਹਰ ਕੱਢ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਅੱਗੇ ਦੇਖੋ ਸਾਡੇ ਕੋਲ ਹੈਗਾ ਕਿ ਜਾਂਚ ਕਰੋ ਕਿ ਬਹੁਪਦ qt ਜਿਹੜਾ ਹੈ ਰੇਖੀ ਬਹੁਪਦ 2t 1 ਦਾ ਗੁਣਜ ਹੋਊਗਾ ਹੁਣ ਦੇਖੋ ਜਿੱਦਾਂ ਆਪਾਂ ਕਿਹਾ ਸੀਗਾ ਕਿ 8 ਦਾ ਜਿਹੜਾ ਗੁਨਨਖੰਡ ਹੈਗਾ 2 ਤੇ ਇਹਦਾ ਮਤਲਬ ਕੀ ਹੈ 8 ਕੀ ਹੈ 2 ਦਾ ਕੀ ਹੈ ਗੁਨਜ ਹੈ ਹੁਣ ਇਹੀ ਚੀਜ਼ ਇਹ ਆ ਗਈ ਕਿ ਜੇ ਇਹ ਬਹੁਪਦ ਇਹਦਾ ਗੁਨਜ ਹੈ ਤੇ ਇਹਦਾ ਮਤਲਬ ਕੀ ਹੈ ਇਹ ਇਹਦਾ ਕੀ ਹੈ ਗੁਨਨਖੰਡ ਇਹਦਾ ਕੀ ਹੋਏਗਾ ਸਾਡੇ ਕੋਲ ਗੁਨਨਖੰਡ ਹੁਣ ਦੇਖਦੇ ਆਪਾਂ ਕਿੱਦਾਂ ਦੇਖਿਆ ਸੀ ਕਿ ਗੁਨਨਖੰਡ ਹੈ ਜਾਂ ਨਹੀਂ ਹੈ ਜੇ ਸਾਡੇ ਕੋਲ ਇਹਦਾ ਮੁੱਲ ਭਰਨ ਤੇ ਬਾਕੀ ਜਿਹੜਾ 0 ਆ ਜਾਂਦਾ ਆਪਾਂ ਹੁਣ ਇਹਦਾ ਮੁੱਲ ਭਰਦੇ ਆ ਕਿ ਆ ਜਾਏਗਾ ਸਾਡੇ ਕੋਲ 2t 1 0 ਦੇ ਇਥੋਂ ਮੇਰੇ ਕੋਲ ਕੀ ਆ ਗਿਆ ਟੀ ਜਿਹੜਾ ਹੈ ਉਹ ਕਿਹਦੇ ਬਰਾਬਰ ਆ ਗਿਆ ਮੇਰੇ ਕੋਲ ਟੀ ਜਿਹੜਾ ਕਿਹਦੇ ਬਰਾਬਰ ਆ ਗਿਆ ਮਾਈਨਸ ਦੇ 1/2 ਹੁਣ ਮੈਂ ਕਯੂਟੀ ਜਿਹੜੀ ਹੈ ਮੇਰੇ ਕੋਲ ਕਿਹਦੇ ਬਰਾਬਰ ਹੈ 4ਟੀ³ 4ਟੀ² ਟੀ 1 ਠੀਕ ਹੈ ਹੁਣ ਜੇ ਇਹ ਰੇਖੀ ਬਹੁਪਦ 2ਟੀ ਪਹੁੰਚੋ ਇਹ ਰੇਖੀ ਬਹੁਪਦ ਉਹ ਐ ਦੀ ਘਾਤ ਜਿਹੜੀ ਆ ਸਾਡੇ ਕੋਲ ਇੱਕ ਹੁੰਦੀ ਹੈ ਇਹ ਵੀ ਥੋੜਾ ਜਿਹਾ ਰਿਵਾਈਜ਼ ਕਰ ਲੋ ਰੇਖੀ ਬਹੁਪਦ ਉਹ ਹੁੰਦਾ ਹੈ ਜਿਸ ਵਿੱਚ ਬਹੁਪਦ ਦੀ ਜਿਹੜੀ ਘਾਤ ਹੈ ਬਹੁਪਦ ਦੀ ਘਾਤ ਕਿਹੜੀ ਹੁੰਦੀ ਹੈ ਜਿਹੜੀ ਉਹਦੀ ਸਭ ਤੋਂ ਵੱਡੀ ਘਾਤ ਹੁੰਦੀ ਹੈ ਉਹ ਘਾਤ ਕਿੰਨੀ ਹੈ 1 ਹੁਣ ਇਹ ਇਹਦਾ ਗੁਨਜ ਹੈਗਾ ਕਿ ਜੇ ਇਹ ਇਹਦਾ ਕੀ ਹੈ ਗੁਨਨਖੰਡ ਹੁਣ ਆਪਾਂ ਕੀ ਹੈ ਇਹਦਾ ਮੁੱਲ ਭਰ ਕੇ ਦੇਖਾਂਗੇ ਕਿ ਕੀ ਇਹ ਇਹਦਾ ਗੁਨਨਖੰਡ ਹੈ ਜਾਂ ਨਹੀਂ ਹੈ q ਆਫ 1/2 ਜਿੱਥੇ ਜਿੱਥੇ t ਹੈ ਮੈਂ ਕੀ ਭਰ ਦੇਣਾ ਉੱਥੇ ਦੇ 1/2 ਪਲੱਸ ਇੱਥੇ ਮੇਰੇ ਕੋਲ ਕੀ ਆ ਜਾਏਗਾ ਮਾਈਨਸ 1/2 ਦਾ ਸਕੁਅਰ ਇੱਥੇ ਕੀ ਆ ਜਾਊਗਾ ਮਾਈਨਸ ਮੇਰੇ ਕੋਲ ਪਹਿਲੇ ਹੀ ਹੈ ਇਹਨੂੰ ਮੈਂ ਬ੍ਰੈਕਟ ਚ ਪਾ ਦਿੰਨੇ ਆ ਮਾਈਨਸ 1/2 ਮਾਈਨਸ ਕੀ ਆ ਜਾਊਗਾ 1 ਇਹ ਮੇਰੇ ਕੋਲ ਹੁਣ ਕਿਹਦੇ ਬਰਾਬਰ ਆ ਗਿਆ 4 ਗੁਣਾ ਕੀ ਆ ਜਾਏਗਾ ਮੇਰੇ ਕੋਲ ਇਹਦਾ ਜਿਹੜਾ ਘਾਣਾ ਕੀ ਆ ਜਾਊਗਾ ਮਾਈਨਸ ਦੇ 1/8 ਠੀਕ ਹੈ ਪਲੱਸ ਇਹਦਾ ਜਿਹੜਾ ਵਰਗ ਹੈ ਮਾਈਨਸ 1/2 ਦਾ ਵਰਗ ਕੀ ਹੋ ਜਾਣਾ ਮੇਰੇ ਕੋਲ ਪਲੱਸ ਦੇ 1/2 ਦਾ ਵਰਗ ਕੀ ਹੋ ਜਾਣਾ 1/4 ਮਾਈਨਸ ਮਾਈਨਸ ਕੀ ਆ ਜਾਊਗਾ ਪਲੱਸ ਦੇ 1/2 ਇੱਥੇ ਕੀ ਆਇਆ ਨਾ ਤੁਹਾਡੇ ਕੋਲ ਮਾਈਨਸ ਦਾ 1 ਜਦੋਂ ਤੁਸੀਂ 4 ਦੇ ਨਾਲ 4 ਕੱਟ ਗਏ ਸਾਡੇ ਕੋਲ ਇੱਥੇ ਕੀ ਆ ਗਿਆ ਸਾਡੇ ਕੋਲ 4 4 4 2 8 ਇਹ ਹੁਣ ਮੇਰੇ ਕੋਲ ਕਿਹਦੇ ਬਰਾਬਰ ਆ ਗਿਆ ਮਾਈਨਸ ਦੇ 1/2 1 ਦੇ 1/2 ਦੇ 1 ਆ ਮੇਰੇ ਕੋਲ ਮਾਈਨਸ ਦਾ 1 ਹੈ ਆ ਪਲੱਸ ਦਾ 1 ਹੈ ਕੱਟ ਗਏ ਆਪਸ ਆ ਮੇਰੇ ਕੋਲ ਮਾਈਨਸ ਦਾ 1/2 ਹੈ ਆ ਮੇਰੇ ਕੋਲ ਪਲੱਸ ਦਾ 1/2 ਹੈ ਇਹ ਵੀ ਕੱਟ ਗਿਆ ਆਪਸ ਇਹ ਕਿਤੇ ਬਰਾਬਰ ਆ ਗਿਆ ਜ਼ੀਰੋ ਦੇ ਹੁਣ ਕਿਉ ਆਫ -1/2 ਜਦੋਂ ਜ਼ੀਰੋ ਆ ਗਿਆ ਤਾਂ ਇਹਦਾ ਮਤਲਬ ਕੀ ਹੈ ਕਿ ਇਹ ਇਹਦਾ ਕੀ ਹੈ ਗੁਨਨਖੰਡ ਹੈ ਠੀਕ ਹੈ ਇਹ ਇਹਦਾ ਕੀ ਹੈ ਗੁਨਨਖੰਡ ਹੈ ਹੁਣ ਜੇ ਗੁਨਨਖੰਡ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜਾ 2t 1 ਹੈ ਅ 2t 1 ਜਿਹੜਾ ਹੈ ਕਿਹਦਾ ਹੈ ਕਿਉ ਟ ਦਾ ਜਿਹੜਾ ਹੈ ਪਲੱਸ ਇੱਕ ਜਿਹੜਾ ਹੈ ਕਿਊਟੀ ਦਾ ਗੁਨਨ ਖੰਡ ਹੈ ਯਾ ਪਾਈ ਇਸੋ ਉਲਟ ਕਹਿ ਸਕਦੇ ਆ ਕਿ ਕਿਊਟੀ ਜਿਹੜਾ ਹੈ ਉਹ 2t 1 ਦਾ ਕੀ ਆ ਤੁਹਾਡੇ ਕੋਲ ਗੁਨਚ ਠੀਕ ਹੈ ਇਹ ਕਾਫੀ ਇੰਪੋਰਟੈਂਟ ਐਗਜ਼ਾਮਪਲ ਹੈ ਬਟੇ ਤੁਹਾਡੀ ਉਸ ਤੋਂ ਅੱਗੇ ਨੈਕਸਟ ਕੁਐਸਚਨ ਹੈ ਕਿ ਜੇ x 1 ਬਹੁਪਦ 4x³ 3x² 4x k ਦਾ ਇੱਕ ਗੁਨਨ ਖੰਡ ਹੈ ਤਾਂ k ਦਾ ਅਸੀਂ ਜਿਹੜਾ ਹੈ ਮੁੱਲ ਕੱਢਣਾ ਹੈ ਹੁਣ ਬਹੁਪਦ ਨੂੰ ਮੈਂ ਪਹਿਲੇ ਨਾਮ ਦੇ ਲਾਂ ਮੈਂ ਕੀ ਕਹਿ ਦਿੰਨੇ ਆ ਇਹਨੂੰ ਪੀ ਐਕਸ ਜਿਹੜਾ ਹੈ ਉਹ ਕੀ ਦੇ ਬਰਾਬਰ ਹੈ 4x³ 3x² 4x ਕੀ ਹੈ k ਹੁ ਜੇ x 1 ਇੱਕ ਦਾ ਗੁਣਨਖੰਡ ਹੈ ਤਾਂ ਇਹਦਾ ਮਤਲਬ ਕੀ ਹੈ ਕਿ x 1 ਨੂੰ ਜੇ ਅਸੀਂ 0 ਦੇ ਬਰਾਬਰ ਰੱਖ ਦਿਆਂ ਤਾਂ x 1 ਲਈ ਇਹ ਜਿਹੜਾ ਹੈ p ਆਫ ਜਿਹੜਾ 1 ਆ ਜਾਏਗਾ ਤੁਹਾਡੇ ਕੋਲ ਉਹ ਕੀ ਦੇ ਬਰਾਬਰ ਹੋਊਗਾ 0 ਦੇ ਹੁਣ p ਆਫ 1 ਜਿਹੜਾ ਤੁਸੀਂ ਕੱਢੂਗੇ 4 1 ਦੀ কিਊਬ 3 1 ਦਾ ਸਕੁਅਰ 4 1 k ਠੀਕ ਹੈ ਇਹ ਕਿਹਦੇ ਬਰਾਬਰ ਆ ਜਾਊਗਾ 1 ਦਾ ਘਾਣ ਕੀ ਹੋਣਾ 21 4 1 ਦਾ ਵਰਗ ਵੀ ਕੀ ਹੋਣਾ ਹੈ 21 3 4 ਕੀ ਆ ਜਾਣਾ k ਹੁਣ 4 ਤੇ 4 ਜਿਹੜੇ ਆਪਸ ਦੇ ਵਿੱਚ ਕੀ ਆ ਕੱਟ ਗਏ ਠੀਕ ਹੈ ਹੁਣ ਕਿਉਂਕਿ x minus 1 px ਦਾ ਗੁਨਨਖੰਡ ਹੈ ਕਿਉਂਕਿ ਇਹ ਇਹਦਾ ਗੁਨਨਖੰਡ ਹੈ ਇਸ ਲਈ ਜਿਹੜੀ ਸਾਡੀ ਫੈਕਟਰ ਥਿਊਰਮ ਹੈ ਫੈਕਟਰ ਥਿਊਰਮ ਕੀ ਕਹਿੰਦੀ ਹੈ ਕਿ p ਆਫ 1 ਜਿਹੜਾ ਹੈ ਉਹ ਕੀ ਹੋਊਗਾ ਜ਼ੀਰੋ p ਆਫ 1 ਜਿਹੜਾ ਹੈ ਜ਼ੀਰੋ ਕਿਦੇ ਰਾਹੀਂ ਬਾਏ ਫੈਕਟਰ ਥਿਊਰਮ ठीक है ये तो पता होना चाहिए लिखियो तो चाहे ना ही चाहे पर पता होना चाहिए पी ऑफ एक जरा कि बराबर होगा जीरो मतलब की है पी ऑफ एक मेरे को तीन प्लस के तीन प्लस के कि बराबर है मेरे को जीरो दे एदा मतलब के मुल की आजगा मेरे को माइनस से तीन के मुल मेरे को आ जाएगा माइनस दे तीन ठीक है ਇਸ ਤੋਂ ਬਾਅਦ ਦੇਖੋ ਹੁਣ ਤੁਹਾਨੂੰ ਕਿਹਾ ਸੀਗਾ ਕਿ ਮੈਂ ਫਾਰਮੂਲੇ ਯਾਦ ਕਰਕੇ ਆਣੇ ਹੁਣ ਆਪਾਂ ਉਹ ਫਾਰਮੂਲੇ ਨੂੰ ਕੀ ਕੰਨੇ ਆ ਆਪਣੇ ਕੋਲ ਤਿੰਨ ਮੇਨ ਫਾਰਮੂਲੇ ਸੀਗੇ ਪਹਿਲੇ ਜਿਹੜੇ ਆਪਾਂ 8ਵੀਂ ਤੱਕ ਪੜ੍ਹ ਕੇ ਆਏ ਆ ਉਹ ਆਪਾਂ ਬਾਰੀ-ਬਾਰੀ ਕਰਾਂਗੇ ਇੱਕ ਸੀਗਾ ਜਿਹੜੇ ਸਭ ਤੋਂ ਇੰਪੋਰਟੈਂਟ ਸੀ ਕਯੂਬ ਵਾਲੇ ਵੀ ਆ ਸਕੁਅਰ ਵਾਲਿਆਂ ਦੀ ਗੱਲ ਕਰਦੀ ਮੈਂ a+b ਦਾ ਸਕੁਅਰ ਜਿਹੜਾ ਆ ਉਹ ਮੇਰੇ ਕੋਲ ਕਿਹਦੇ ਬਰਾਬਰ ਸੀ a^2 2ab b^2 ਤਿੰਨ ਪਦੀ ਬਣ ਗਈ ਸੀ ਹੁਣ ਇੱਥੇ ਵੀ ਮੇਰੇ ਕੋਲ ਤਿੰਨ ਪਧਿਆ ਦੇਖੋ ਇਸ ਬਹੁਤ ਤਿੰਨ ਪਾਦਾ ਨਾ ਇੱਕ ਆ ਪਾਦਾ ਹੋ ਗਿਆ ਇੱਕ ਆ ਪਾਦਾ ਹੈ ਤੁਹਾਡੇ ਕੋਲ ਇੱਕ ਆ ਪਾਦਾ ਹੈ ਇੱਕ ਆ ਪਾਦਾ ਹੈ ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇ ਮੇਰੇ ਕੋਲ ਕੁਝ ਇਸ ਫਾਰਮੂਲੇ ਵਰਗਾ ਕੁਝ ਬਣ ਜਾਏ ਤਾਂ ਮੈਂ ਇਹਦੇ ਗੁਣਨਖੰਡ ਸਾਨੀ ਨਾਲ ਕਰ ਸਕੂਗੀ ਠੀਕ ਹੈ ਹੁਣ ਬੱਚਾ ਤੁਹਾਨੂੰ ਇੰਨਾ ਪਤਾ ਹੈ ਕਿ 49 ਜਿਹੜਾ ਕਿਹਦਾ ਵਰਗ ਹੈ 7 ਦਾ 49 ਕਿਹਦਾ ਵਰਗ ਹੈ 7 ਦਾ ਇਹਨੂੰ ਮੈਂ ਇਦਾਂ ਲਿਖ ਲਿਆ ਉਸ ਤੋਂ ਬਾਅਦ 25 ਜਿਹੜਾ ਤੁਹਾਡਾ ਕਿਹਦਾ ਵਰਗ ਹੈਗਾ 5 ਦਾ 5 ਬੀ ਦਾ ਵਰਗ ਹੁਣ ਇਹਨੂੰ ਮੈਂ ਤੋੜ ਕੇ ਕੀ ਲਿਖ ਲਿਆ ਦੋ ਦੀ ਫਾਰਮ ਚ ਲਿਖਣਾ ਇਹਨੂੰ ਮੈਂ ਕੀ ਲਿਖ ਲਿਆ 2 70 ਤੋਂ 2 ਕੱਢ ਲਏ ਆਪਣੇ ਕੋਲ ਕਿੰਨਾ ਆ ਜਾਊਗਾ 35 a b ਠੀਕ ਹੈ ਹੁਣ ਇਹਨੂੰ ਮੈਂ ਲਿਖਿਆ ਪਹਿਲੀ ਟਰਮ ਮੇਰੇ ਕੋਲ ਬਣ ਗਈ a ਦੀ ਜਗ੍ਹਾ ਮੇਰੇ ਕੋਲ ਕੀ ਆ ਗਿਆ 7a ਦਾ ਵਰਗ ਠੀਕ ਹੈ b ਦੀ ਜਗ੍ਹਾ ਮੇਰੇ ਕੋਲ ਕੀ ਆ ਗਿਆ ਸੀਗਾ 5b ਦਾ ਵਰਗ ਠੀਕ ਹੈ ਪਲੱਸ ਇੱਥੇ 2 ਹੁਣ ਪਹਿਲੀ ਟਰਮ ਮੇਰੇ ਕੋਲ a ਕੀ ਹੈ ਮੇਰੇ ਕੋਲ 7a ਠੀਕ ਹੈ b ਮੇਰੇ ਕੋਲ ਕੀ ਆ ਗਿਆ ਸੀਗਾ 5b ਠੀਕ ਹੈ ਹੁਣ ਆ ਬਣ ਗਿਆ ਮੇਰਾ ਪਹਿਲੇ ਟਰਮ ਦਾ ਵਰਗ 7a ਦਾ ਵਰਗ a ਕਿੰਨਾ ਹੋ ਗਿਆ ਮੇਰੇ ਕੋਲ 7a 7a ਦਾ ਵਰਗ 2 ab a ਕਿੰਨੀ ਆ ਮੇਰੇ ਕੋਲ 7a b ਕਿੰਨੀ ਆ ਮੇਰੇ ਕੋਲ 5b ਆ ਦੇਖੋ 7 2 14 5 70 ਬਣ ਗਿਆ ਆਹੀ ਸੇਮ ਫਾਰਮੂਲਾ ਬਣ ਗਿਆ ਇਹਦਾ ਮਤਲਬ ਇਸ ਫਾਰਮੂਲੇ ਦੇ ਮੁਤਾਬਕ ਇਹ ਕਿਹਦੇ ਬਰਾਬਰ ਆ 4a 5b ਦਾ ਹੋਲ ਸਕਰ ਸਾਰੇ ਦਾ ਵਰਗ ਠੀਕ ਹੈ ਇਹਦਾ ਮਤਲਬ ਇਹਦੇ ਜਿਹੜੇ ਸਾਡੇ ਕੋਲ ਆ ਜਾਣਗੇ ਗੁਨਨਖੰਡੋ ਕੀ ਆ ਜਾਣਗੇ 7 5b ਇਧਰਲੇ ਪਾਸੇ ਵੀ ਮੇਰੇ ਕੋਲ ਕੀ ਆ ਜਾਏਗਾ 7 5b ਠੀਕ ਹੈ ਇਹ ਫਾਰਮੂਲੇ ਜਿਹੜੇ ਆ ਤੁਹਾਨੂੰ ਇਹਨਾਂ ਚੰਗੀ ਤਰ੍ਹਾਂ ਆਣੇ ਚਾਹੀਦੇ ਆ ਅਗਰ ਤੁਸੀਂ ਇਹਦੇ ਜਿਹੜੇ ਆ ਗੁਨਨਖੰਡੀ ਕਰਨ ਬਹੁਪਦਾਂ ਦਾ ਸਿੱਖਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਸਾਡੇ ਕੋਲ ਬਹੁਤ ਹੀ ਇੰਪੋਰਟੈਂਟ ਫਾਰਮੂਲਾ ਯੂਜ਼ ਹੁੰਦਾ ਹੈ ਉਮ ਤਾਂ ਨੂੰ ਪਹਿਲੇ ਇਹਦਾ ਵਰਕ ਕਰਕੇ ਦੇਖੀਏ 16 ਕਾ ਦਾ ਵਰਗ ਹੈ 4 ਦਾ ਇੱਥੇ ਕੀ ਆ ਗਿਆ ਤੁਹਾਡੇ ਕੋਲ 4x² ਮਾਈਨਸ ਆ ਕਾ ਦਾ ਵਰਗ ਹੈ ਤੁਹਾਡੇ ਕੋਲ 49 ਜਿਹੜਾ ਹੈ 7 ਦਾ 7 ਦਾ ਵਰਗ y² ਇਹਨੂੰ ਹੁਣ ਬ੍ਰੈਕਟਾਂ ਦੇ ਵਿੱਚ ਅਸੀਂ ਲਿਖ ਲੈਣੇ ਆ ਕਿ ਆ ਜਾਊਗਾ 4x ਦਾ ਵਰਗ ਮਾਈਨਸ 7 y ਦਾ ਜਿਹੜਾ ਹੈ ਕੀ ਆ ਜਾਊਗਾ ਤੁਹਾਡੇ ਕੋਲ ਵਰਕ ਹੁਣ ਇਹ ਫਾਰਮੂਲਾ ਸਾਡੇ ਕੋਲ ਕੀ ਬਣਿਆ ਇਹਨੂੰ x ਨੂੰ ਵੀ ਇਦਾਂ ਹੀ ਪਾ ਲਓ ਗੁਣਾ ਦੇ ਨਾਲ ਕਨਫਿਊਜ਼ ਨਾ ਹੋ ਜਿਓ ਹੁਣ a² b² ਜੇ ਤੁਹਾਨੂੰ ਯਾਦ ਹੋਊਗਾ ਤਾਂ ਕਿਹਦੇ ਬਰਾਬਰ ਹੁੰਦਾ ਸੀਗਾ a, b, square, a b a b ਠੀਕ ਹੈ ਇਹ ਕਿਹਦੇ ਬਰਾਬਰ ਹੁੰਦਾ ਸੀ ਇਹ ਬਹੁਤ ਹੀ ਇੰਪੋਰਟੈਂਟ ਫਾਰਮੂਲਾ 10ਵੀਂ ਤੱਕ ਬਾਰ-ਬਾਰ ਵਰਤ ਹੁੰਦਾ ਹੈ a² b² ਕਿਹਦੇ ਬਰਾਬਰ ਹੁੰਦਾ ਹੈ a b square, a b ਹੁਣ ਦੇਖੋ a ਮੇਰੇ ਕੋਲ ਕੀ ਆ ਗਿਆ 4x b ਮੇਰੇ ਕੋਲ ਕੀ ਆ ਗਿਆ ਬੱਚੋ 7y ਠੀਕ ਹੈ ਹੁਣ ਮੈਂ ਇਹਦੇ ਮੁਤਾਬਕ ਇਹਨੂੰ ਕੀ ਲਿਖੂੰਗੀ a+b ਇੱਕ ਵਾਰੀ ਦੋਨਾਂ ਟਰਮਾਂ ਦੇ ਵਿੱਚ ਆਪਾਂ ਜਿਹੜਾ ਹੈ ਉਹ ਕੀ ਹੈ ਪਲੱਸ ਪਾ ਲਵਾਂਗੇ ਇੱਕ ਵਾਰੀ ਜਿਹੜਾ ਹੈ ਦੋਨਾਂ ਟਰਮਾਂ ਦੇ ਵਿੱਚ ਜਿਹੜਾ ਹੈ ਉਹ ਕੀ ਪਾ ਲੂਗੇ ਤੁਸੀਂ ਮਾਈਨਸ ਪਾ ਲਓ ਕੀ ਪਾ ਲੂਗੇ ਤੁਸੀਂ ਮਾਈਨਸ 7y ਠੀਕ ਹੈ 4x+7y ਤਾਂ ਇੱਧਰ ਤੁਹਾਡੇ ਕੋਲ ਕੀ ਆ ਗਿਆ 4x-7y ਬਹੁਤ ਹੀ ਸਿੰਪਲ ਹੈ ਇਦਾਂ ਦੇ ਤੁਸੀਂ ਹੋਰ ਵੀ ਐਗਜ਼ਾਮਪਲ ਮਤਲਬ ਕਿ ਜਦੋਂ ਵੀ ਤੁਹਾਡੇ ਕੋਲ ਦੋपदी ਬਹੁਪਦ ਹੋਵੇ ਉਹਨਾਂ ਦੇ ਵਿੱਚ ਮਾਈਨਸ ਦਾ ਜਿਹੜਾ ਨਿਸ਼ਾਨ ਹੋਵੇ ਔਰ ਪੂਰਨ ਵਰਗਾਂ ਦੀ ਜਿਹੜੀ ਹੈ ਮਾਈਨਸ ਹੋਵੇ ਤਾਂ ਹਮੇਸ਼ਾ ਅਸੀਂ ਇਸ ਫਾਰਮੂਲੇ ਦੇ ਨਾਲ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਗੁਣਨਖੰਡੀਕਰਨ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਹੈ ਨੈਕਸਟ ਆਪਣੇ ਕੋਲ ਆਗੇ ਕਯੂਬ ਵਾਲੇ ਫਾਰਮੂਲੇ ਜਦੋਂ ਸਾਡੇ ਕੋਲ ਘਾਤ ਜਿਹੜੀ ਹੈ ਤਿੰਨ ਹੋਵੇ ਠੀਕ ਹੈ ਆਪਾਂ ਹੁਣ ਪਹਿਲੇ ਫਾਰਮੂਲਾ ਰਿਕਾਲ ਕਰੀਏ ਕੀ ਸੀਗਾ ਕਿ a ਦੀ 3 b ਦੀ 3 ਕਿਹਦੇ ਬਰਾਬਰ ਹੁੰਦੀ ਸੀ ਸਾਡੇ ਕੋਲ a b a b within brackets higa a square plus ab plus jada siga ki siga tade kol b square aidai jada formula a cube plus b cube siga tade kol oh kidhe barabar siga a plus b ethe bracket de vich ki aa janda si a square minus ab plus ki aa janda si b square eno yaad karan da tarika eh hunda ki jadon sade kol ethe vich plus hundi hai theek hai do kana da jod hunda hai jadon ਵਿਥ ਪਲੱਸ ਹੁੰਦੀ ਆ ਤਾਂ ਇੱਥੇ ਸਾਡੇ ਕੋਲ ਕੀ ਆ ਪਹਿਲਾਂ ਕੀ ਆ ਜਾਂਦੀ ਪਲੱਸ a+b ਬ੍ਰੈਕਟ ਦੇ ਵਿੱਚ ਕੀ ਆਜੂਗਾ ਤੁਹਾਡੇ ਕੋਲ a² ab b² ਜਦੋਂ ਇੱਥੇ ਸਾਡੇ ਕੋਲ ਮਾਈਨਸ ਹੁੰਦੀ ਆ ਤਾਂ ਪਹਿਲਾਂ ਮਾਈਨਸ ਆਣੀ ਆ a-b ਅਗਲੇ ਬ੍ਰੈਕਟ ਦੇ ਵਿੱਚ ਤੁਹਾਡੇ ਕੋਲ ਆ ਜਾਏਗਾ a² ab b² ਹੁਣ ਬੱਚਿਓ ਚੌੜ ਜਿਹੜਾ ਹੈ ਤੁਹਾਨੂੰ ਯਾਦ ਹੋਏਗਾ ਕਾਹਦਾ ਗਨ ਹੈ ਚਾਰਦਾ ਇਹ ਨੂੰ ਮੈਂ ਲਿਖ ਸਕਦੀ ਆ 4m ਦੀ ਕਯੂਬ ਮਾਈਨਸ 343 ਕਾਹਦਾ ਘਾਣਾ ਹੈ ਤਾਂ ਸਾਰਿਆਂ ਨੂੰ ਆਣੇ ਚਾਹੀਦੇ ਤੁਹਾਡਾ ਉਹਨਾਂ ਕੰਪੀਟੀਸ਼ਨ ਵੀ ਹੋਣਾ 28 ਤਰੀਕ ਨੂੰ ਇਹ ਕਾਹਦਾ ਘਾਣਾ ਹੈ ਤੁਹਾਡਾ 7 ਦਾ ਇੱਥੇ ਕੀ ਆ ਜਾਣਾ ਚਾਹੀਦਾ 7n ਦਾ ਕਯੂ ਇਹ ਸਾਡੇ ਕੋਲ ਕੀ ਆਇਆ a ਕਯੂਬ b ਕਯੂਬ ਇਹਦਾ ਮਤਲਬ ਮੇਰੇ ਕੋਲ ਆਵਲਾ ਫਾਰਮੂਲਾ ਲੱਗੂਗਾ ਪਹਿਲਾਂ ਮੈਂ ਕੀ ਕਰੂੰਗੀ 4m ਮਾਈਨਸ 7n ਠੀਕ ਹੈ ਅਗਲੀ ਬ੍ਰੈਕਟ ਦੇ ਵਿੱਚ ਮੇਰੇ ਕੋਲ ਕੀ ਆ ਜਾਊਗਾ 4m ਦਾ ਵਰਗ ਪਲੱਸ 4m ਨਾਲ ਕੀ ਆ ਜਾਊਗਾ ਮੇਰੇ ਕੋਲ 7n ਪਲੱਸ ਇੱਥੇ ਕੀ ਆ ਜਾਊਗਾ ਮੇਰੇ ਕੋਲ 7n ਦਾ ਵਰਗ ਠੀਕ ਹੈ ਉਸ ਤੋਂ ਬਾਅਦ ਮੈਂ ਕੀ ਆ ਬੜੀ ਬ੍ਰੈਕਟ ਆ ਪਾ ਦੂੰਗੀ ਬ੍ਰੈਕਟਸ ਦਾ ਯੂਜ਼ ਜਿਹੜਾ ਹੈ ਜ਼ਿਆਦਾ ਕਰਿਆ ਕਰੋ ਗਲਤੀ ਦੇ ਚਾਂਸ ਜਿਹੜੇ ਘਟ ਜਾਂਦੇ ਆ 4m -7n ਹੁਣ ਇੱਥੇ 4m ਦਾ ਵਰਗ ਹੈ 4m ਦਾ ਵਰਗ ਮੇਰੇ ਕੋਲ ਕਿਹਦੇ ਬਰਾਬਰ ਹੋ ਜਾਣਾ 16m ਦਾ ਵਰਗ ਠੀਕ ਹੈ 7 4 28 mn ਇੱਥੇ ਕੀ ਆ ਜਾਣਾ 7 7 49 n² ਹੁਣ ਆ ਮੇਰੇ ਜਿਹੜੇ ਆ ਇਹਦੇ ਜਿਹੜੇ ਆ ਗੁਨਨਖੰਡ ਬਣਨਗੇ ਸਾਰਿਆਂ ਦਾ ਆਪਾਂ ਗੁਨਨਖੰਡੀਕਰਨ ਕਰ ਰਹੇ ਆ ਇਹਦਾ ਗੁਨਨਖੰਡ 64m³ 343n³ ਦਾ ਕੀ ਆਊਗਾ ਮੇਰੇ ਕੋਲ 4m 7n ਇੱਧਰ ਕੀ ਆਜੂਗਾ ਮੇਰੇ ਕੋਲ 16m² 28mn ਕੀ ਆਜੂਗਾ ਮੇਰੇ ਕੋਲ 49n ਦਾ n² ਠੀਕ ਹੈ ਉਸ ਤੋਂ ਬਾਅਦ ਨੈਕਸਟ ਆ ਗਿਆ ਮੇਰੇ ਕੋਲ 8a³ b³, -B³, -B³ -12a2b 6ab2 ਹੁਣ ਇਹਨੂੰ ਬਤਿਹਾਨ ਨਾਲ ਦੇਖੋ ਬੱਚਿਓ 8a3 ਇਹ ਕਾਦਾ ਕਯੂਬ ਹੈ 8 ਕਾਦਾ ਕਯੂਬ ਹੁੰਦਾ 2 ਦਾ 2a3 b3 ਠੀਕ ਹੈ ਇੱਥੇ ਮੈਂ ਇਹਨੂੰ ਲਿਖ ਦਿੰਦੀ ਆ ਇੱਥੇ ਪਲੱਸ ਜਿਹੜਾ ਹੈ ਤੁਹਾਡੇ ਕੋਲ ਕੀ ਆ ਜਾਊਗਾ -3 3a2b ਹੁੰਦਾ ਇੱਥੇ ਕੀ ਆ ਜਾਏਗਾ ਤੁਹਾਡੇ ਕੋਲ 12 ਬਣਾਉਣਾ ਨਾ ਆਪਾਂ ਇਹ ਕੀ ਆਊਗਾ 2a ਦਾ ਵਰਗ b ਠੀਕ ਹੈ ਪਲੱਸ 3a a ਕਿੰਨਾ ਸੀ ਤੁਹਾਡੇ ਕੋਲ 2a ਤੇ b ਦਾ ਸਕੁਅਰ ਜੇ ਤੁਹਾਨੂੰ ਹੁਣ ਯਾਦ ਹੋਵੇ ਇਹ ਫਾਰਮੂਲਾ ਆਪਣੇ ਕੋਲ ਕੀ ਸੀਗਾ a a b ਹੋਲ ਕਯੂਬ ਜਿਹੜਾ ਹੈ ਤੁਹਾਡੇ ਕੋਲ ਕਿਹਦੇ ਬਰਾਬਰ ਸੀਗਾ a³ b³ 3a²b 3ab² ਠੀਕ ਹੈ ਇਦਾਂ ਹੀ ਜਿਹੜਾ ਪਲੱਸ ਵਾਲਾ ਸੀ ਉਹ ਵੀ ਮੈਂ ਤੁਹਾਨੂੰ ਇੱਕ ਵਾਰੀ ਰਿਕਾਲ ਕਰਾ ਦਿਆਂ a+b ਦਾ ਕਯੂਬ ਜਿਹੜਾ ਸੀਗਾ ਉਹ ਕਿਹਦੇ ਬਰਾਬਰ ਸੀ ਇੱਥੇ ਸਾਰਾ ਹੀ ਪਲੱਸ ਹੁੰਦਾ ਬੱਚੋ a³ b³ 3a²b 3ab² ਠੀਕ ਹੈ ਹੁਣ ਇੱਥੇ ਮੇਰੇ ਕੋਲ ਆ ਫਾਰਮੂਲਾ ਥੋੜਾ ਥੋੜਾ ਇਹਦੇ ਵਰਗਾ ਬਣ ਰਿਹਾ ਤੇ ਇਹਦਾ ਮਤਲਬ ਇਹ ਕਿਤੇ ਬਰਾਬਰ ਆ ਜਾਊਗਾ a-b whole³ ਕਿਉਂਕਿ 8³ ਨੂੰ ਮੈਂ ਲਿਖ ਲਿਆ 2a ਦਾ³ ਇੱਥੇ b³ ਸੀਗਾ -3 ਆ 2 2 4 ਹੁੰਦੇ ਆ 4a² ਬਣੂਗਾ 4 3 ਕਿੰਨੇ ਹੋਗੇ 12a²b ਇੱਧਰ ਤੁਹਾਡੇ ਕੋਲ ਕਿਹਦੇ ਬਰਾਬਰ ਆ ਇਹਨਾਂ 3 2 a ਕਿੰਨਾ ਹੋ ਗਿਆ 6ab² ਹੁਣ ਇਹ ਕਿਹਦੇ ਬਰਾਬਰ ਆ ਜਾਊਗਾ ਇਹਦੇ ਹਿਸਾਬ ਨਾਲ ਮੇਰੇ ਕੋਲ 2a b whole³ ਹੁਣ ਇਹਦੇ ਗੁਣਨਖੰਡ ਕੀ ਬਣੂਗੇ ਤੁਹਾਡੇ ਕੋਲ 2a b 2a b 2a गया गया आ, a plus b plus a ਇਹਦੇ ਜਿਹੜੇ ਆ ਤੁਹਾਡੇ ਕੋਲ ਗੁਣਨਖੰਡ ਬਣ ਜਾਣਗੇ ਉਸ ਤੋਂ ਅੱਗੇ ਆ ਗਿਆ ਤੁਹਾਡੀ ਨਵੀਂ ਹੈ 9th ਦੀ ਜਦੋਂ ਸਾਡੇ ਕੋਲ ਤਿੰਨ ਪਦਾਂ ਦਾ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਪੂਰਨ ਵਰਗ ਹੋਲ ਸਕੁਅਰ ਜਿਹੜਾ ਆ ਜਾਂਦਾ ਉਹ ਕਿਹਦੇ ਬਰਾਬਰ ਹੁੰਦਾ ਹੈ ਨਵਾਂ ਫਾਰਮੂਲਾ ਬੱਚਿਓ ਧਿਆਨ ਨਾਲ ਦੇਖਣਾ a b plus c ਦਾ ਜਿਹੜਾ ਹੋਲ ਸਕੁਅਰ ਹੈ ਉਹ ਕਿਹਦੇ ਬਰਾਬਰ ਹੈ a² b² c² 2ab plus 2bc प्लस दो सी ए ठीक है हूँ ए मेरे को इतने बी की जगह की है मेरे को चार बी सी जगह मेरे को है पांच सी आ तो मेरा जनरल फार्मूला फॉर्मूला हूँ एसाब मैं की करूँगी ए जगह तो की लिखूँगी तीन ए का स्केयर प्लस इतें के आजूगा चार बी का स्केयर प्लस इथे की आजगा पंसी का स्केयर प्लस दो इतने की आजूगा ए बी इत्या तीन ए इतने के आ गया तेल चार बी प्लस दो बी सी ए आजगाडे को चार बी इतें क्या आजगा सी प्लस दो सी ए आजगा पंसी इतें क्या आजगा तीन ए ये कि बन गया मेरे को नौ ए स्केर प्लस सोलह बी स्केयर प्लस पच्ची सी स्केयर प्लस तीन दुनी छे चौका कि होजूगा चौवी चौवी ए बी प्लस 4 2 8 52 40 bc 2 5 10 30 ਜਿਹੜਾ ਹੈ ca ਠੀਕ ਹੈ ਐਦਾਂ ਤੁਸੀਂ ਇਹਦਾ ਜਿਹੜਾ ਹੈ ਵਿਸਤ੍ਰਿਤ ਰੂਪ ਜਿਹੜਾ ਹੈ ਉਹ ਲਿਖ ਸਕਦੇ ਆ ਫਾਰਮੂਲਾ ਇੱਕ ਵਾਰੀ ਫੇਰ ਯਾਦ ਕਰ ਲਓ a प्लस b, प्लस a b c ਸਾਰੇ ਦਾ ਜਿਹੜਾ ਵਰਗ ਹੈ ਕਿਹਦੇ ਬਰਾਬਰ ਹੁੰਦਾ a2 b2 c2 2ab 2bc 2c ਠੀਕ ਹੈ ਉਸ ਤੋਂ ਬਾਅਦ ਇਹ ਹੀ ਇਹਦੇ ਨਾਲ ਦਾ ਹੀ ਜਿਹੜਾ ਹੈ ਇਹ ਦੇਖੋ ਹੁਣ ਉਹੀ ਟਾਈਪ ਹੈ ਬਟ ਇਹਦੇ ਵਿੱਚ ਕੀ ਹੈ ਮਾਈਨਸ ਕਿਉਂਕਿ ਇਹ ਜਿਹੜਾ ਜਦੋਂ ਤਿੰਨ ਪਦਾਂ ਦਾ ਆਪਾਂ ਹੋਲ ਸਕੁਅਰ ਕਰਦੇ ਆ ਨਾ ਛੇ ਪਦਾਂ ਦੇ ਵਿੱਚ ਜਿਹੜਾ ਆਨਸਰ ਆਉਂਦਾ ਹੈ ਹੁਣ ਆਹ ਚੀਜ਼ ਨੂੰ ਆਪਾਂ ਬਣਾਉਣ ਦੀ ਜੇ ਕੋਸ਼ਿਸ਼ ਕਰੀਏ ਤਾਂ ਇਹ ਚਾਰ ਕਾ ਦਾ ਹੈ 2x ਦਾ ਵਰਗ ਪਲੱਸ ਆ ਕੀ ਹੈ 3y ਦਾ ਵਰਗ ਪਲੱਸ ਆ ਕੀ ਹੈ 4z ਦਾ ਵਰਗ ਠੀਕ ਹੈ ਪਲੱਸ ਇੱਥੇ ਹੁਣ ਦੇਖੋ ਮਾਈਨਸ ਵਾਲੀਆਂ ਦੋ ਟਰਮ ਆਇਆ ਦਾ ਮਤਲਬ ਇੱਕ ਟਰਮ ਜਿਹੜੀ ਹੈ ਇਹਨਾਂ ਦੇ ਵਿੱਚੋਂ ਮਾਈਨਸ ਦੀ ਹੈ ਇੱਥੇ ਵੀ ਜ਼ਡਾ ਇੱਥੇ ਵੀ ਜ਼ਡਾ ਦੋਨਾਂ ਦੇ ਨਾਲ ਮਾਈਨਸ ਆ ਰਹੀ ਹੈ ਇਹਦਾ ਮਤਲਬ ਕੀ ਹੈ ਜ਼ੈਡ ਜਿਹੜੀ ਹੈ ਸਾਡੇ ਕੋਲ ਕੀ ਹੈ ਮਾਈਨਸ ਦੀ ਟਰਮ ਹੈ ਇੱਥੇ ਕੀ ਆ ਗਿਆ 2 2x 3y ਨੂੰ ਕਰਾਂਗੇ 6xy ਬਣੂਗਾ ਸਾਡੇ ਕੋਲ ਆਪਣੇ ਆਪ ਹੀ 12xy ਬਣ ਗਿਆ ਬੱਚੋ ਠੀਕ ਹੈ ਉਸ ਤੋਂ ਬਾਅਦ ਇੱਥੇ ਜਿਹੜਾ ਤੁਸੀਂ ਕੀ ਕਰੋਗੇ 2 3y ਇੱਥੇ ਤਾਂ ਪਲੱਸ ਹੀ ਰਹੇਗਾ ਇੱਥੇ ਮੈਂ ਕੀ ਕਰ ਦੂੰਗੀ -4 ਜਟ ਕਿਉਂਕਿ ਆਹ ਟਰਮ ਮੇਰੀ ਇਹਦਾ ਮਤਲਬ ਮਾਈਨਸ ਦੀ ਹੈ ਪਲੱਸ ਇੱਥੇ ਕੀ ਆ ਜਾਊਗਾ 2 ਇੱਥੇ ਕੀ ਆ ਜਾਊਗਾ ਮੇਰੇ ਕੋਲ ਮਾਈਨਸ 4z ਇੱਥੇ ਕੀ ਆ ਜਾਊਗਾ ਮੇਰੇ ਕੋਲ 4x ਠੀਕ ਹੈ ਹੁਣ ਇਹ ਜਿਹੜਾ ਕਿਤੇ ਬਰਾਬਰ ਆ ਗਿਆ ਤੁਹਾਡੇ ਮੇਰੇ ਕੋਲ 2x 3y 4z होल ਸਕਰ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਹੈ ਸਰਵ ਸੰਤਾ ਹੈ ਉਸ ਤੋਂ ਅੱਗੇ ਆ ਗਿਆ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਫਾਰਮੂਲਾ ਹੈ ਜਿਹੜਾ ਤੁਹਾਡਾ ਇਸ ਵਾਰੀ ਨਵਾਂ ਹੈ ਇਹ ਕੀ ਹੈ a³ b³ c³ -3abc a b c (a^2 b^2 c^2 ab ਇੱਥੇ ਬਸ ਬੱਚਿਓ ਧਿਆਨ ਰੱਖਣਾ ਦੋ ਨਹੀਂ ਨਾਂ ਲਗਾ ਦੇਣਾ ਠੀਕ ਹੈ ca ਹੁਣ ਮੇਰੇ ਕੋਲ ਆ ਫਾਰਮ ਹੈ 27x^3 ਕਾ ਦਾ ਵਰਗ ਹੈ ਮੇਰੇ ਕੋਲ 3 ਦਾ 3 ਕਾਨ ਜਿਹੜਾ 3x^3 y^3 ਪਲੱਸ ਕੀ ਹੈ z³ 3 ਗੁਣਾ ਇੱਥੇ ਕੀ ਆ ਗਿਆ ਮੇਰੇ ਕੋਲ 3x a ਬਣ ਗਿਆ ਮੇਰਾ b ਕੀ ਬਣ ਗਿਆ b y ਤੇ c ਕੀ ਬਣ ਗਿਆ ਮੇਰੇ ਕੋਲ z ਠੀਕ ਹੈ ਉਹਨਾਂ ਚੀਜ਼ ਬਣ ਗਈ a ਮੇਰੀ ਹੈ 3x b ਮੇਰੀ y ਹੈ c ਮੇਰੀ ਜਿਹੜੀ ਹੈ z ਹੁਣ ਇਹ ਕਿਤੇ ਬਰਾਬਰ ਹੋਊਗਾ ਮੇਰੇ ਕੋਲ 3x y z ਨਾਲ ਅਗਲੀ ਬ੍ਰੈਕਟ ਜਿਹੜੀ ਹੈ ਮੇਰੇ ਕੋਲ ਕਾਦੀ ਸ਼ੁਰੂ ਹੋ ਜੂਗੀ a ਦਾ ਸਕਰ a ਦਾ ਸਕੁਅਰ ਮੈਂ ਸਿੱਧਾ ਹੀ ਕਰ ਰਹੀ ਹਾਂ ਟਾਈਮ ਥੋੜਾ ਰੰਦਾ ਕਿੰਨਾ ਹੋ ਜਾਏਗਾ 9x2 y2 z2 ab ਹੈ ਕਿੰਨਾ ਆ ਜਾਊਗਾ -3xy ਠੀਕ ਹੈ -bc ਹੈ ਮੇਰੇ ਕੋਲ ਕਿੰਨਾ ਆ ਜਾਊਗਾ -yz ਮੇਰੇ ਕੋਲ ca ਹੈ ਕਿੰਨਾ ਆ ਜਾਊਗਾ ਮੇਰੇ ਕੋਲ z, z e, आ, a ਠੀਕ ਹੈ ਆ ਇਹ ਫਾਰਮੂਲਾ ਬਹੁਤ ਇੰਪੋਰਟੈਂਟ ਹੈ ਇੱਕ ਵਾਰੀ ਫੇਰ ਦੇਖ ਲਓ a^2 b^2 c^2 3abc ਕਿ ਦੇ ਬਰਾਬਰ ਹੋ ਜਾਂਦਾ a b c ब्रैकेट अगली ब्रैकेट ए स्केयर प्लस बी स्केयर प्लस सी स्केयर माइनस ए बी माइनस बीसी माइनस सी ए हूँ बच्चों जे मेरे तरह क्वेश्चन इतने खत्म हो गया जे मेरे को प्लस बी प्लस सी अगर मेरे को जीरो हो जाए फिर यह फॉर्मूला की रूप ले लेगा मेरा फिर की हो जाएगा ए क्यू प्लस बी क्यू प्लस सी क्यू माइनस तीन ए बी सी कि बराबर आ जाएगा जीरो दे। ਇਹਦਾ ਮਤਲਬ ਕੀ ਹੈ ਕਿਉਂਕਿ a b c 0 ਸੀ ਇਹ ਕਿਹਦੇ ਬਰਾਬਰ ਆ ਗਿਆ 0 ਦੇ ਸਾਰੇ ਹੀ 0 ਹੋ ਗਿਆ ਇਹਦਾ ਮਤਲਬ ਕੀ ਹੈ ਕਿ a³ b³ c³ ਕਿਹਦੇ ਬਰਾਬਰ ਹੋ ਜਾਏਗਾ 3abc ਸੋ ਇੱਕ ਇਹਦੇ ਨਾਲ ਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਆਪਾਂ ਕਰਦੇ ਹਾਂ ਕਿ ਘਣਾ ਦੀ ਅਸਲ ਗੱਨਾਂ ਕੀਤੇ ਬਿਨਾ ਮੁੱਲ ਪਤਾ ਕਰੋ ਹੁਣ ਇੱਥੇ ਮੇਰੇ ਕੋਲ ਕੀ ਹੈ a ਕਿੰਨਾ ਹੈ ਮੇਰੇ ਕੋਲ -12 b ਕਿੰਨਾ ਹੈ ਮੇਰੇ ਕੋਲ 7 c ਕਿੰਨਾ ਹੈ ਮੇਰੇ ਕੋਲ 5 ਹੁਣ ਦੇਖੋ ਜੇ ਮੈਂ a plus b plus c ਕਰਕੇ ਦੇਖਾਂ ਤੇ ਮੇਰੇ ਕੋਲ ਕੀ ਆ ਜਾਏਗਾ -12 7 ਕੀ ਹੈ 5 ਇਹ ਕਿਹਦੇ ਬਰਾਬਰ ਆ ਜਾਏਗਾ -12 12 ਕਿਹਦੇ ਬਰਾਬਰ ਆ ਜਾਏਗਾ 0 ਦੇ ਹੁਣ a plus b plus c ਮੇਰੇ ਕੋਲ 0 ਦੇ ਬਰਾਬਰ ਆ ਗਿਆ ਇਹਦਾ ਮਤਲਬ ਕੀ ਹੈ ਮੇਰੇ ਕੋਲ a ਜਿਹੜਾ ਮੇਰੇ ਕੋਲ a³ b³ c³ ਕੀ ਦੇ ਬਰਾਬਰ ਆ ਜਾਏਗਾ 3 ए बी सी ਠੀਕ ਹੈ ਹੁਣ ਇਹ ਬਿਨਾ ਗਣ ਕੀਤਾ ਹੀ ਮੈਂ ਆਸਾਨੀ ਦੇ ਨਾਲ ਦੱਸ ਦੂੰ ਕਿ ਇਹਦਾ ਉੱਤਰ ਜਿਹੜਾ ਹੈ ਕੀ ਆਊਗਾ ਇਹ ਕਿਤੇ ਬਰਾਬਰ ਆ ਜਾਏਗਾ 3 ए ਮੇਰੇ ਕੋਲ ਕਿੰਨਾ ਹੈ -12 बी ਮੇਰੇ ਕੋਲ ਕਿੰਨਾ 7 ਸੀ ਮੇਰੇ ਕੋਲ ਕਿੰਨਾ 5 ਇਹ ਕਿੰਨਾ ਆਨਸਰ ਆ ਜਾਏਗਾ ਮਾਈਨਸ ਦੇ 12 5 60 ਇਹ ਕਿੰਨਾ ਹੋ ਜਾਏਗਾ ਤੁਹਾਡੇ ਕੋਲ ਦੇ 21 ਕੀ ਆ ਜਾਏਗਾ 60 ਇਹ ਕਿਹਦੇ ਬਰਾਬਰ ਆਨਸਰ ਆ ਜਾਏਗਾ ਮੇਰੇ ਕੋਲ 0 6 1 6 6 2 12 ਦੇ 12 160 ਇੱਕ ਵਾਰੀ ਦੁਬਾਰਾ ਦੇਖ ਲਓ ਜਰਾ ਇਹ ਫਾਰਮੂਲਾ ਕਿੱਦਾਂ ਬਣਿਆ ਆਹੀ ਜਿਹੜਾ ਫਾਰਮੂਲਾ ਸੀ ਸਾਡਾ a³ plus b³ plus c³ 3abc ਕਿਹਦੇ ਬਰਾਬਰ ਸੀ a b c ਅਗਲੀ ਬ੍ਰੈਕਟ ਦੇ ਵਿੱਚ a² b² c² ab Minus -bc minus -ca ਇਸ ਚੀਜ਼ ਨੂੰ ਬੜੇ ਧਿਆਨ ਰੱਖਣਾ ਹੈ ਬੱਚਿਆਂ ਨੂੰ ਆदत ਹੁੰਦੀ ਹੈ ਇੱਥੇ ਦੋ ਲਗਾ ਦਿੰਦੇ ਆ ਠੀਕ ਹੈ ਹੁਣ ਇੱਥੋਂ ਆ ਸਵਾਲ ਹੋ ਗਿਆ ਸਾਡੇ ਕੋਲ ਪਰ ਅਗਰ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਕੇਸ ਬੰਦਾ ਹੈ ਕਿ ਮੇਰਾ a+b+c ਜਿਹੜਾ 0 ਆ ਜਾਂਦਾ ਹੈ ਤਾਂ ਉਸ ਵੇਲੇ ਮੇਰੇ ਕੋਲ ਇਹ ਫਾਰਮੂਲਾ ਕੀ ਬਣ ਜਾਏਗਾ a^3+b^3+c^3-3abc 0 ਦੇ ਬਰਾਬਰ ਆ ਜਾਊਗਾ a^3+b^3+c^3 ਕਿਹਦੇ ਬਰਾਬਰ ਆ ਜਾਊਗਾ 3abc ਸੋ ਐਦਾਂ ਦੇ ਤੁਹਾਡੇ ਕੋਲ ਦੋ ਤਿੰਨ ਕੁਐਸਚਨ ਹੈ ਕਿ ਘਣਾਂ ਦੀ ਜਿਹੜੀ ਹੈ ਅਸਲ ਗੱਣਾ ਕੀਤੇ ਬਿਨਾਂ ਜਿਹੜੇ ਹੈ ਮੁੱਲ ਜਦੋਂ ਅਸੀਂ ਪਤਾ ਕਰਨੇ ਆ ਤਾਂ ਜੇ ਇਹਨਾਂ ਤਿੰਨਾਂ ਨੂੰ ਜੋੜ ਕੇ ਦੇਖ ਲੈਣਾ ਅਗਰ ਜ਼ੀਰੋ ਦੇ ਬਰਾਬਰ ਆਉਂਦਾ ਹੈ ਤਾਂ ਕੀ ਹੋ ਜਾਊਗਾ ਸਾਡੇ ਕੋਲ ਇਹਨਾਂ ਦਾ ਜਿਹੜਾ ਘਣਾ ਹੈ ਤਿੰਨਾਂ ਦੇ ਘਣਾਂ ਦਾ ਜੋੜ ਆ ਕਿਹਦੇ ਬਰਾਬਰ ਆ ਜਾਊਗਾ 3abc ਤਿੰਨਾਂ ਨੂੰ ਅਸੀਂ ਆਪਸ ਦੇ ਵਿੱਚ ਜਿਹੜਾ ਹੈ ਉਹ ਗੁਣਾ ਕਰ ਦਾਂਗੇ ਉਸ ਤੋਂ ਬਾਅਦ ਨੈਕਸਟ ਹੈਗਾ ਆਇਤ ਦਾ ਖੇਤਰਫਲ ਇਹਦੇ ਵਿੱਚ ਵੀ ਬੇਟੇ ਅਸੀਂ ਜਿਹੜੇ ਆ ਇਹਨਾਂ ਦੇ ਗੁਨਨਖੰਡ ਬਣਾਣੇ ਆ ਕਿਉਂਕਿ ਇਹ ਬੰਜਕ ਰੂਪ ਦੇ ਵਿੱਚ ਹੈ ਇਹਨਾਂ ਦੇ ਜਿਹੜੇ ਅਸੀਂ ਗੁਨਨਖੰਡੀਕਰਨ ਕਰ ਦੇਣਾ ਹੈ ਗੁਨਨਖੰਡੀਕਰਨ ਕਰਕੇ ਇਹਦੀ ਜਿਹੜੀ ਹੈ ਲੰਬਾਈ ਤੇ ਚੌੜਾਈ ਜਿਹੜੀ ਹੈ ਸਾਡੇ ਕੋਲ ਆ ਜਾਏਗੀ ਠੀਕ ਹੈ ਇਹਦਾ ਮਤਬ ਪਦ ਵੰਡ ਇਹ ਤੁਹਾਡੇ ਲਈ ਹੋਮਵਰਕ ਹੈ ਇਹਦਾ ਮਤਬ ਪਦ ਵੰਡਣਾ ਹੈ ਕਿ ਜਿਨ੍ਹਾਂ ਨੂੰ ਜੋੜ ਕੇ 35 ਆ ਜਾਏ ਗੁਣਾ ਕਰਕੇ ਕਿੰਨਾ ਆ ਜਾਏ ਤੁਹਾਡੇ ਕੋਲ 300 300 ਗੁਣਾ ਕਰਕੇ ਕਿਹੜੇ ਨੰਬਰ ਬਣ ਜਾਣਗੇ ਤੁਹਾਡੇ ਕੋਲ 15 ਤੇ 20 ਠੀਕ ਹੈ ਸੋ ਇਹ ਤੁਸੀਂ ਤੁਹਾਡੇ ਲਈ ਹੋਮਵਰਕ ਹੈ ਇਹ ਤੁਸੀਂ ਘਰੇ ਦਾ ਗੁਨਨਖੰਡੀਕਰਨ ਕਰਨਾ ਇੱਕ ਲੰਬਾਈ ਆ ਜਾਏਗੀ ਇੱਕ ਤੁਹਾਡੇ ਕੋਲ ਜਿਹੜਾ ਚੜਾਈ ਆ ਜਾਏਗੀ ਉਮੀਦ ਹੈ ਕਿ ਤੁਹਾਨੂੰ ਜਿਹੜਾ ਅੱਜ ਦਾ ਲੈਕਚਰ ਆ ਪਸੰਦ ਆਇਆ ਹੋਏਗਾ ਤੁਸੀਂ ਘਰ ਜਾ ਕੇ ਤਿਆਰੀ ਅੱਛੀ ਤਰ੍ਹਾਂ ਕਰੋਗੇ